ਜਿਵੇਂ ਭਾਈ ਸਾਹਿਬ ਮੇਰੇ ਦੋਸਤ ਕਹਿ ਰਹੇ ਸੀ ਨਾ ਨਾਥਾਂ ਕਿ ਗਲੇ ਜਿਉਂ ਦਾ ਰੱਬੀ ਅਵਲ ਚੜਿਆ ਅਤੇ ਇੱਦਾਂ ਹੀ ਪੜਮ ਪੜਾਣ ਸਰਕਾਰ ਦੀ ਹਾਜ਼ਰੀ ਅਤੇ ਗਲੇ ਸਾਰਿਆਂ ਦੀ ਇਸ ਤਰ੍ਹਾਂ ਸ਼ਾਹ ਸਾਹਿਬ ਪੜਿਆ ਉਹਨਾਂ ਦਾ ਗਲਾ ਇਸ ਤਰ੍ਹਾਂ ਸੀ ਅਤੇ ਲਿਆਦਾ ਜਿਸ ਤਰ੍ਹਾਂ ਦੀ ਵੀ ਹਾਜ਼ਰੀ ਅਤੇ ਜ਼ਰਾ ਕਬੂਲ ਕਰ ਲਿਓ। ਮੈਂ ਸ਼ਾਹ ਸਾਹਿਬ ਦੀ ਕਿਰਪਾਈ ਤੋਂ ਉਗਾਸ ਲੈਣ ਲਾ ਕਿਉਂ ਨਾ ਜ਼ਿਕਰ ਹੋਵੇ ਮੇਰੇ ਨਾਲ ਤੇਰਾ ਕਿਉਂ ਨਾ ਜ਼ਿਕਰ ਹੋਵੇ ਮੇਰੇ ਨਾਲ ਤੇਰਾ ਮੇਰੇ ਸੰਗ ਮਨਸੂਬ ਜੋ ਹੋਇਓ ਮੈਂ ਤਾਲਬ ਤੇਰੀ ਹਸਤੀ ਦਾ ਮੇਰਾ ਤੂੰ ਮਤਲੂਬ ਜੋ ਮੈਂ ਤਾਲਬ ਤੇਰੀ ਹਸਤੀ ਦਾ ਮੇਰਾ ਤੂੰ ਮਤਲੂਬ ਜੋ ਹੋਇਓ ਹਸਨਤ ਜਮੀਓ ਖਿਜ਼ਾ ਲਹੀ ਹਰ ਖੂਬ ਤੂੰ ਖੂਬ ਜੋ ਹੋਇਓ ਤਾਇਓ ਹਾਕਮ ਤੇਰੀਆਂ ਟਾਲ ਤਾਂ ਨਹੀਂ ਇੱਕੋ ਇੱਕ ਮਹਿਬੂਬ ਜੋ ਹੋਇਓ ਤਾਇਓ ਹਾਕਮ ਤੇਰੀਆਂ ਟਾਲ ਤਾਂ ਨਹੀਂ ਇੱਕੋ ਇੱਕ ਮਹਿਬੂਬ ਜੋ ਹੋਇਓ ਇੱਕੋ ਇੱਕ ਮਹਿਬੂਬ ਜੋ ਹੋਇਓ। ਜਬਰੀਲ ਨੂੰ ਪੁੱਛਿਆ ਸਰਕਾਰ ਨੇ ਕਿ ਜਬਰੀਲ ਤੂੰ ਬੜੇ ਸੋਹਣੇ ਵੇਖੇ ਨੇ ਤੂੰ ਕੋ ਮੈਂ ਮੁਹੰਮਦ ਜਿਹਾ ਹੀ ਵੇਖੀ ਸੱਲਮ ਅਤੇ ਜਬਰੀਲ ਅਰਜ਼ ਕਰ ਰਿਹਾ ਹੂੰ ਜਬਰੀਲ ਕਿਹਾ ਕੀ ਸਿਫਤ ਕਰਾਂ ਤੁਸੀਂ ਹੁਸਨ ਦਾ ਹੁਸਨ ਜਮਾਲੋ ਤੁਸੀਂ ਚੰਨ ਹੋ ਪਾਕ ਬਦੁੱਲਾ ਤੇ ਤੁਸੀਂ ਪਾਕ ਦੇ ਲਾਲ ਤੁਸੀਂ ਚਾਨੋ ਪਾਕ ਬਦੁੱਲਾ ਦੇ ਤੁਸੀਂ ਆਮਨਾ ਪਾਕ ਦੇ ਲਾਲ ਮੱਕੇ ਤੋਂ ਲੈ ਕੇ ਸਿਦਰਾ ਤਾਈਂ ਤੁਸੀਂ ਰਹਿ ਜੋ ਹਾਕਮ ਲਾਲਾ ਮੇਰੀ ਅਖਲੇ ਸੋਹਣੇ ਕਈ ਵੇਖਿਆ ਤੁਸੀਂ ਆਪਣੀ ਆਪ ਮਿਸਾਲੋ ਮੇਰੀ ਅੱਖ ਨੇ ਸੋਹਣੇ ਕਈ ਵੇਖ ਤੁਸੀਂ ਆਪਣੇ ਆਪ ਮਿਸਾਲੋ ਭਲਾ ਗਲੋਂ ਲਾ ਬੇਕਮਾਲ ਹੀ ਕਸ਼ਫ ਤੋਂ ਜਾ ਬੇ ਜਮਾਲ ਹੀ ਹਸਨਤ ਜਮੀ ਔਖੀ ਸਾਲ ਹੀ ਬਖਤਾਲੇ ਪਾਲਣ ਸੱਲੂ ਅਲੈ ਵਾਲ ਹੀ ਸੱਲੂ ਇਸ ਗੱਲ ਵਿੱਚ ਕਿਹੜਾ ਸ਼ੱਕ ਹੈ ਧਰਮ ਮੁਖਤਾਰ ਹੈ ਜਨਤਾ ਦਾ ਸੁਣੋ ਇਸੀ ਨਾਮ ਤੇ ਪੱਕੇ ਕੋਈ ਮੰਨੇ ਹਾਕਮ ਨਾ ਮੰਨੇ ਇਸ ਗੱਲ ਤੇ ਲੱਗਿਆ ਟੱਕੇ ਗੱਲ ਹੱਕ ਤੇ ਕਰੀਏ ਮਹਿਫਲ ਵਿੱਚ ਦੀ ਕਸਮ ਖੁਦਾ ਦੀ ਹੱਕ ਗੱਲ ਹੱਕ ਦੇ ਕਰੀਏ ਮਹਿਫਲ ਵਿੱਚ ਅਲੀ ਕਸਮ ਖੁਦਾ ਦੀ ਹੱਕੇ ਹੋਵੇ ਫਮਰਾਜ਼ਾ ਦਿਸਤੀ ਫਾਤੇ ਅੰਦਰ
ਹੋਵੇ ਭਮਰਾ ਇਹ ਭਮਰਾ ਜਿਹੜਾ ਫੁੱਲਾਂ ਦੇ ਰਹਿੰਦਾ ਹੋਵੇ ਭਮਰਾ ਜ਼ਾਤੀ ਸਿਫਾਤ ਅੰਦਰ ਕਦੀ ਕਲੀ ਨੂੰ ਕੰਡ ਨਹੀਂ ਕਰਦਾ ਭਾਵੇਂ ਨੂਰੀਆਂ ਦਾ ਸਰਦਾਰ ਹੋਵੇ ਉਹਦੀ ਤਲੀ ਨੂੰ ਕੰਡ ਨਹੀਂ ਕਰਦਾ ਮੰਨਣ ਵਾਲਾ ਹਾਕਮ ਗੋਸ ਦਾ ਕਿਸੇ ਵਲੀ ਨੂੰ ਕੰਡ ਨਹੀਂ ਕਰਦਾ ਇੱਕੋ ਸ਼ਰਤ ਹੈ ਖੂਨ ਹਲਾਲ ਹੋਵੇ ਉਹ ਬੰਦਾ ਅਲੀ ਨੂੰ ਕੰਡ ਨਹੀਂ ਕਰਦਾ ਇੱਕੋ ਸ਼ਰਤ ਹੈ ਖੂਨ ਹਲਾਲ ਹੋਵੇ ਬੰਦਾ ਅਲੀ ਨੂੰ ਕੰਡ ਨਹੀਂ ਕਰਦਾ ਸੱਲੋ ਅਲੈਹ ਵਾਲੇ ਸ਼ਾਸਾ ਪੜਾ ਤਕਰੀਬਨ ਦੂਸਰੀ ਵਾਰੀ ਕਲਾਮ ਪੜਾ ਨਬੀ ਤੂੰ ਮੰਗ ਲੈ ਅਲੀ ਤੂੰ ਮੰਗ ਲੈ ਨਬੀ ਤੂੰ ਮੰਗ ਲੈ ਅਲੀ ਤੂੰ ਮੰਗ ਲੈ ਜੇ ਥੋੜ ਰਹਿ ਜਾਈ ਤੇ ਫੇਰ ਆਕੀ ਨਬੀ ਤੂੰ ਮੰਗ ਲੈ ਅਲੀ ਤੂੰ ਮੰਗ ਲੈ ਜੇ ਥੋੜ ਰਹਿ ਜਾਈ ਤੇ ਫੇਰ ਆਖੀ ਨਬੀ ਤੂੰ ਮੰਗ ਲੈ ਅਲੀ ਤੂੰ ਮੰਗ ਲੈ ਜੇ ਥੋੜ ਰਹਿ ਜਾਈ ਤੇ ਫੇਰ ਆਖੀ ਕਿਸੇ ਦੇ ਦਰ ਤੇ ਸਦਾ ਕਰਨ ਦੀ ਜੇ ਲੋੜ ਰਹਿ ਜਾਈ ਤੇ ਫੇਰ ਆਖੀ ਕਿਸੇ ਦੇ ਦਰ ਤੇ ਸਦਾ ਕਰਨ ਦੀ ਜੇ ਲੋੜ ਰਹਿ ਜਾਈ ਤੇ ਫੇਰ ਆਖੀ ਚਾਰ ਕਮਾਲ ਦੇ ਸ਼ਾਹ ਸਾਹਿਬ ਸਾ ਨਬੀ ਦੇ ਹਵਾਲੇ ਕਰਦੇ ਨਿਗਾਹੀ ਦੇ ਹਵਾਲੇ ਕਰਦੇ ਸਾ ਨਬੀ ਦੇ ਹਵਾਲੇ ਕਰਦੇ ਨਿਗਾਹ ਅਲੀ ਦੇ ਹਵਾਲੇ ਕਰਦੇ ਇਹਦਾ ਅਜਰ ਕੀ ਮਿਲੇਦਾ ਵੱਲਾ ਖੁਦਾ ਕੀ ਕਸਮ ਵੱਲਾ ਇਹ ਤੇਰੇ ਤਨ ਤੇ ਮਨ ਦਾ ਜੇ ਕੋੜ ਰਹਿ ਜਾਈ ਤੇ ਫੇਰ ਆਖੀ ਵੱਲਾ ਤੇਰੇ ਇਹ ਤਨ ਤੇ ਮਨ ਦਾ ਜੇ ਕੋੜ ਰਹਿ ਜਾਈ ਤੇ ਫੇਰ ਆਖੀ ਸ਼ਾਹ ਸਾਹਿਬ ਬੰਦਾ ਮਰ ਗਿਆ ਤੇ ਫਰਿਸ਼ਤੇ ਜਨਤਾ ਵਾਲੇ ਵੀ ਆ ਗਏ ਸ਼ਾਹ ਸਾਹਿਬ ਜਨਤਾ ਦੇ ਫਰਿਸ਼ਤੇ ਆ ਗਏ ਤੇ ਦੋਸਤ ਵਾਲੇ ਫਰਿਸ਼ਤੇ ਆ ਗਏ ਉਹ ਜਨਤੀ ਇੱਧਰ ਖਿੱਚਣ ਦੋਸਤੀ ਉੱਧਰ ਖਿੱਚਣ ਦੋਸਤੀ ਅੰਦਰ ਇਹ ਦੋਸਤੀ ਸੀ ਜਨਤ ਵਾਲੇ ਨੇ ਯਾਰ ਇਹਨੇ ਕੁਛ ਨੇਕੀਆਂ ਹੋ ਗਈਆਂ ਤੇ ਸ਼ਹਿਰ ਕੀ ਲਿਖ ਰਿਹਾ ਹਾਏ ਜਨਤਾਂ ਦੇ ਤੇ ਦੋਜ਼ਖਾਂ ਦੇ ਫਰਿਸ਼ਤੇ ਰੂਹ ਤੇ ਕਰ ਜੇ ਝਗੜਾ ਤੂੰ ਆਖੀ ਨਬੀ ਦਾ ਨੌਕਰ ਤੂੰ ਆਖੀ ਮੈਂ ਨਬੀ ਦਾ ਨੌਕਰ ਮਿਲ ਕੇ ਪੜ ਲਓ ਤੁਸੀਂ ਸਾਰੇ ਨੌਕਰ ਤੂੰ ਆਖੀ ਮੈਂ ਨਬੀ ਦਾ ਨੌਕਰ ਅਜੋੜ ਰਹਿ ਜਾਈ ਤੇ ਫੇਰ ਆਖੀ ਤੂੰ ਆਖੀ ਮੈਂ ਨਬੀ ਦਾ ਨੌਕਰ ਅਜੋੜ ਰਹਿ ਜਾਈ ਤੇ ਫੇਰ ਆਖੀ ਬੜਾ ਕਮਾਲ ਦਾ ਸ਼ੇਰ ਸ਼ਾਹ ਸਾਹਿਬ ਅਲੀ ਦਾ ਦੁਸ਼ਮਣ ਨਬੀ ਦਾ ਦੁਸ਼ਮਣ ਨਬੀ ਦਾ ਦੁਸ਼ਮਣ ਖੁਦਾ ਦਾ ਦੁਸ਼ਮਣ ਅਲੀ ਦਾ ਦੁਸ਼ਮਣ ਨਬੀ ਦਾ ਦੁਸ਼ਮਣ ਨਬੀ ਦਾ ਦੁਸ਼ਮਣ ਖੁਦਾ ਦਾ ਦੁਸ਼ਮਣ ਤੂੰ ਆਪ ਸਾਰੇ ਤਜਰਬੇ ਕਰ ਲੈ ਤੂੰ ਆਪ ਸਾਰੇ ਤਜਰਬੇ ਕਰ ਲੈ
ਨਚੋੜ ਰਹਿ ਜਾਈ ਤੇ ਫੇਰ ਆਖੀ ਤੂੰ ਆਪ ਸਾਰੇ ਤਜਰਬੇ ਕਰ ਲੈ ਨਚੋੜ ਰਹਿ ਜਾਈ ਤੇ ਫੇਰ ਆਖੀ ਸ਼ਾਹ ਸਾਹਿਬ ਸੁਭਾਨ ਅੱਲਾ ਸ਼ੇਰ ਕਮਾਲ ਦਾ ਸ਼ੇਰ ਹਾਂ ਨਬੀ ਤੇ ਸਹਾਰਾ ਤੇ ਚੈਨ ਥੱਲੇ ਪਿਛਾ ਦੇ ਪਲਕ ਹੁਸੈਨ ਥੱਲੇ ਨਬੀ ਤੇ ਸਹਾਰਾ ਤੇ ਚੈਨ ਥੱਲੇ ਪਿਛਾ ਦੇ ਪਲਕ ਹੁਸੈਨ ਥੱਲੇ ਇਹਦਾ ਅਜਰ ਕੀ ਮਿਲੇਗਾ ਤੈਨੂੰ ਚੁੱਪਣ ਦੇ ਕਾਣ ਹਾਕਿਉਂ ਜੇ ਰੋੜ ਰਹਿ ਜਾਈ ਤੇ ਫੇਰ ਆਖੀ ਤੈਨੂੰ ਚੁੱਪਣ ਦੇ ਕਾਣ ਹਾਕਿਉਂ ਜੇ ਰੋੜ ਰਹਿ ਜਾਈ ਤੇ ਫੇਰ ਆਖੀ ਨਬੀ ਤੂੰ ਮੰਗ ਲੈ ਅਲੇ ਤੂੰ ਮੰਗ ਲੈ ਜੇ ਥੋੜ ਰਹਿ ਜਾਈ ਤੇ ਫੇਰ ਆਖੀ ਸੁਭਾਨ ਅੱਲਾਹ ਕੋਈ ਸਾਰੇ ਦੋਸਤ ਅਜ਼ਾਨ ਹੋਣ ਲੱਗੀ ਹਰ ਦਿਲ ਹਰ ਸਾ ਤੇ ਹਰ ਇੱਕ ਧੜਕਾ ਕਮਾ ਕੀ ਅਰਮਾਨ ਤਾਂ ਤੂੰ ਮੁਰਦਾ ਹੈ ਜਾਨਾ ਦੀ ਜਾਨ ਤੂੰ ਭਾਵੇਂ ਅਰਸ਼ ਹੋਵੇ ਭਾਵੇਂ ਫਰਸ਼ ਹੋਵੇ ਹਰ ਥਾਂ ਸੁਲਤਾਨ ਤਾਂ ਤੂੰ ਏ ਮੇਰੇ ਵਰਗੀਆਂ ਉਹ ਲੱਖਾਂ ਸੱਸੀਆਂ ਦਾ ਦੱਸੇ ਹਾਕਮ ਖਾਨ ਤਾਂ ਤੂੰ ਏ ਰੋ ਰੋ ਕੇ ਸਾਵਲ ਉਹ ਪਾਵਾਂ ਦੁਹਾਈਆਂ ਹੁਣ ਆ ਕੇ ਛਲੀਆਂ ਨਾ ਜਾਵਣ ਜੁਦਾਈਆਂ ਰੋ ਰੋ ਕੇ ਸਾਵਲ ਉਹ ਪਾਵਾਂ ਦੁਹਾਈਆਂ ਝਲੀਆਂ ਨ ਜਮ ਜੁਦਾਈਆਂ ਰੋ ਰੋ ਹਾਂ ਉਸ ਤੋਂ ਕੀ ਕਰੇ ਸਰ ਜਿੱਥੀ ਸੀ ਪੱਖੀਆਂ ਝਲੇ ਸਾਂ ਪਾਣੀ ਭਰੇ ਸਾਂ ਉਹ ਜੁੱਤੀਆਂ ਜਮੇ ਸਾਂ ਹਰ ਕੇ ਤੂੰ ਵਧ ਕੇ ਹਾਏ ਕਰ ਸਾਂ ਦਦਾਈਆਂ